ਵਿਆਹ ਸ਼ਾਦੀਆਂ ਦੇ ਮੌਕੇ ਉੱਤੇ ਜਾਂ ਕਿਸੇ ਵੀ ਹੋਰ ਇਹੋ ਜਿਹੇ ਖੁਸ਼ੀ ਦੇ ਮੌਕੇ 'ਤੇ ਜਦੋਂ ਵੀ ਤੁਸੀਂ ਮਹਾਰਾਜਾ ਬੈਂਕੁਟ ਹਾਲ ਦੇ ਵਿੱਚ ਆਉਂਦੇ ਹੋ, ਉਹਦੇ ਵਿੱਚ ਜਿਹੜੇ ਸਜਾਵਟੀ ਚੀਜ਼ਾਂ ਨੇ ਉਹਨਾਂ ਵਾਸਤੇ ਖਾਸ ਤੌਰ 'ਤੇ ਇੰਤਜ਼ਾਮ ਕੀਤਾ ਗਿਆ। ਆਓ ਗੱਲਬਾਤ ਕਰਦੇ ਹਾਂ ਮਹਾਰਾਜਾ ਬੈਂਕੁਟ ਹਾਲ ਦੇ ਓਨਰ ਤਾਰਕ ਚੌਧਰੀ ਹੋਣਾਂ ਦੇ ਨਾਲ, ਅਤੇ ਨਾਲ ਜਿਹੜੇ ਇਵੈਂਟ ਔਰਗਨਾਈਜ਼ਰ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਤਾਰਕ ਚੌਧਰੀ ਸਾਹਿਬ, ਦੱਸੋ ਕਿ ਕੀ ਖਾਸ ਅਸੀਂ ਕਰ ਰਹੇ ਹਾਂ ਇਸ ਇਹੋ ਜਿਹੇ ਖੁਸ਼ੀ ਦੇ ਮੌਕਿਆਂ ਵਾਸਤੇ। ਸਭ ਤੋਂ ਪਹਿਲਾਂ ਤਾਂ ਥੈਂਕ ਯੂ ਜੀ ਕਿ ਸਾਨੂੰ ਮੌਕਾ ਦਿੱਤਾ। ਅਸ਼ੋਕ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਅਲੈਕਮ। ਅਸੀਂ ਜਨਵਰੀ 8 ਨੂੰ ਬ੍ਰਾਈਡਲ ਸ਼ੋਅ ਕਰਨ ਜਾ ਰਹੇ ਹਾਂ। ਉਹਦੇ ਵਿੱਚ ਫੈਸ਼ਨ ਸ਼ੋਅ ਅਤੇ ਬੇਸਿਕਲੀ ਸ਼ਾਦੀ 'ਤੇ ਜਿਹੜੀ ਜਿਹੜੀ ਜ਼ਰੂਰਤ ਆ ਹਰ ਤਰ੍ਹਾਂ ਦਾ ਸਟਾਲ ਲੱਗਿਆ ਹੋਏਗਾ, ਅਤੇ ਉਸ ਤੋਂ ਬਾਅਦ ਅਸੀਂ ਆਪਣੀ ਫੂਡ ਵੀ ਡਿਸਪਲੇ ਕਰਾਂਗੇ। ਫੂਡ ਕੰਪਲੀਮੈਂਟਰੀ ਡਿਨਰ ਬਫੇ ਸਾਰੇ ਲੋਕਾਂ ਨੂੰ ਜਿਹਨਾਂ ਨੇ ਪਾਰਟੀ ਨੈਕਸਟ ਈਅਰ ਆਉਣ ਵਾਲੇ ਕਰਨੀ ਆ ਜਾਂ ਵੈਸੇ ਆ ਦੇਖਣਾ ਚਾਹੁੰਦੇ ਹਾਂ ਤਾਂ ਸਾਰਿਆਂ ਨੂੰ ਉਹ ਵੈਲਕਮ ਕਰਾਂਗੇ। ਸਾਡੇ ਨਾਲ ਹਾਜ਼ਰ ਨੇ ਆਇਸ਼ਾ, ਵਾਟ ਯੂ ਗੋਨਾ ਸੇ ਟੂ ਆਵਰ ਵਿਊਅਰਸ? ਆਈ ਨੋ ਯੂ ਆਰ ਏ ਵੈਰੀ ਗੁੱਡ ਔਰਗਨਾਈਜ਼ਰ, ਪਾਰਟੀ ਔਰਗਨਾਈਜ਼ਰ ਐਂਡ ਇਵੈਂਟ ਔਰਗਨਾਈਜ਼ਰ, ਵਾਟ ਆਰ ਵੀ ਡੂਇੰਗ ਔਨ ਦੈਟ ਡੇ ਸਪੈਸ਼ਲੀ? On that day, we'll be featuring different backdrops, different displays. We have many artists available. We have a wonderful food, wonderful feast that will be served, and it's all complimentary. So we look forward to seeing you, building new memories and lasting ones, lasting friendships. So there's going to be Mandy and other events as well on that day, complimentary food. So please come join us. Aao sare jane itthe, khana vi hoega. Jive Aisha ne dassya hai ki mehndi vagaira jehdi aa oh sare eho jiyan jehdiyan cheezan ne oh sariyan ਇਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ। ਅਤੇ ਆਓ ਸਾਰੇ ਜਾਣੇ ਉਸ ਦਿਨ ਨੂੰ ਆ ਕੇ ਇੰਜੋਏ ਕਰੀਏ। ਜਨਵਰੀ 8 ਫਰੋਮ 4 ਟਿਲ 8 PM, 4 ਤੋਂ ਲੈ ਕੇ 8 ਵਜੇ ਤੱਕ ਜਨਵਰੀ 8 ਨੂੰ ਇੱਥੇ ਆਓ ਮਹਾਰਾਜਾ ਬੈਂਕੁਟ ਹਾਲ ਦੇ ਵਿੱਚ। ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਇਹ ਦੇਖੋ ਆ ਕੇ ਕਿ ਕਿਹੋ ਜਿਹੀਆਂ ਤੁਸੀਂ ਆਲੇ ਦੁਆਲੇ ਦੇਖ ਵੀ ਰਹੇ ਹੋਗੇ, ਅਸ਼ੋਕ ਜੀ ਦਿਖਾਉਣਗੇ ਤੁਹਾਨੂੰ ਕਿ ਕਿੱਦਾਂ ਦਾ ਇੱਥੇ ਵਧੀਆ ਇੰਤਜ਼ਾਮ ਜਿਹੜਾ ਆ। ਜਦੋਂ ਪਾਰਟੀਆਂ ਦੇ ਆਉਂਦੇ ਅਸੀਂ ਤਾਂ ਉਹਦੇ ਵਿੱਚ ਜਿਹੜਾ ਔਰਗਨਾਈਜ਼ ਕੀਤਾ ਜਾਂਦਾ ਉਹ ਕਿੰਨੇ ਵਧੀਆ ਢੰਗ ਨਾਲ ਕੀਤਾ ਜਾਂਦਾ, ਇਹ ਸਾਰਾ ਕੁਛ ਤੁਸੀਂ ਆ ਕੇ ਦੇਖੋ। ਕੀ ਤਾਰਕ ਜੀ, ਇਹ ਇਕੱਲਾ ਔਰਤਾਂ ਵਾਸਤੇ ਹੀ ਆ ਜਿਵੇਂ ਤੁਸੀਂ ਕਿਹਾ ਕਿ ਮਹਿੰਦੀ ਵਗੈਰਾ ਹੋਏਗੀ, ਕਿ ਜਾਂ ਸਾਰੇ ਆ ਸਕਦੇ ਆ ਸਿਰਫ ਇਹਦੇ ਵਾਸਤੇ? ਨਹੀਂ ਜੀ, ਪੂਰੇ ਪਰਿਵਾਰ ਵਾਸਤੇ ਆ। ਉਹਦੇ ਵਿੱਚ ਪੇਰੈਂਟਸ ਵੀ ਆ ਸਕਦੇ ਆ, ਲੜਕਾ ਲੜਕੀ ਜਿਨ੍ਹਾਂ ਦੀ ਸ਼ਾਦੀ ਉਹ ਵੀ ਆ ਸਕਦੇ ਆ, ਦੇਖ ਸਕਦੇ ਆ ਕਿ ਆਪਣੀ ਵੈਡਿੰਗ ਦੇ ਕਿਸ ਤਰ੍ਹਾਂ ਦੀ ਡੈਕੋਰੇਸ਼ਨ ਕਰਨੀ ਆ, ਉਹਨਾਂ ਨੇ ਕੀ ਕਰਨਾ ਚਾਹੁੰਦੇ ਆ, ਅਤੇ ਪੇਰੈਂਟਸ ਵੀ ਆ ਕੇ ਦੇਖ ਸਕਦੇ ਆ ਕਿ ਅਸੀਂ ਪਾਰਟੀ 'ਤੇ ਕੀ ਕਰ ਸਕਦੇ ਹਾਂ। ਉਹਨੇ ਸਿਰਫ ਮਹਿੰਦੀ ਨਹੀਂ ਹੋਏਗੀ, ਡੈਕੋਰੇਸ਼ਨ ਦਾ ਸਾਰ ਹਰ ਤਰ੍ਹਾਂ ਡਿਸਪਲੇ ਹੋਏਗਾ, ਲੈਮਨਜ਼ੀਨ ਵਾਲੇ ਹੋਣਗੇ, ਫੋਟੋਗ੍ਰਾਫਰ, DJs, ਫਾਇਰ ਡਾਂਸਰ ਜੋ ਸਪੈਸ਼ਲ ਆ ਰਿਹਾ ਵਾਸਤੇ ਕਿ ਉਹ ਵਿਆਹ ਦੇ ਵਿੱਚ ਉਹ ਵੀ ਆ ਸਕਦੇ ਆ। ਸੋ ਵਿਲ ਹੈਵ ਆਲ ਦੈਟ, ਸੋ ਇਟਸ ਫੋਰ ਹੋਲ ਫੈਮਿਲੀ, ਨਾਟ ਜਸਟ ਫੋਰ ਲੇਡੀਜ਼ ਓਨਲੀ। ਐਬਸੋਲੂਟਲੀ, ਇਟਸ ਗੋਇੰ ਟੂ ਬੀ ਵੰਡਰਫੁਲ, ਵੀ ਹੋਪ ਯੂ ਆਲ ਕਮ।